ਮੋਹਾਲੀ ਦੇ ਫੇਜ਼ 9 ਦੇ ਵਸਨੀਕ ਦਾ ਕਤਲ। ਅਣਪਛਾਤੇ ਨੌਜਵਾਨਾਂ ਨੇ ਕੁੱਟ-ਕੁੱਟ ਕੇ ਮਾਰ ਦਿੱਤਾ ਨੌਜਵਾਨ। ਮ੍ਰਿਤਕ ਫੋਰਟਿਸ ਹਸਪਤਾਲ ਦਾ ਕਰਮਚਾਰੀ। ਮੋਹਾਲੀ ਦੇ ਸੈਕਟਰ 68 ਵਿੱਚ ਸ਼ਰਾਬ ਦੇ ਠੇਕੇ ਦੇ ਪਿਛਲੇ ਪਾਸੇ ਖਾਲੀ ਥਾਂ ਤੇ ਸ਼ਨੀਵਾਰ ਦੇਰ ਰਾਤ ਕੁਝ ਅਣਪਛਾਤੇ ਨੌਜਵਾਨਾਂ ਵੱਲੋਂ ਫੇਜ਼ 9 ਦੇ ਇੱਕ ਵਸਨੀਕ ਨੌਜਵਾਨ ਦਾ ਕੁੱਟ-ਕੁੱਟ ਕੇ ਗਲਾ ਘੁੱਟ ਕੇ ਕਤਲ ਕਰ ਦਿੱਤਾ। ਮ੍ਰਿਤਕ ਦੀ ਪਹਿਚਾਣ ਅਰੁਣ ਭਾਰਦਵਾਜ ਵਾਸੀ ਫੇਜ਼ 9 ਮੋਹਾਲੀ ਵਜੋਂ ਹੋਈ ਹੈ। ਉਹ ਮੋਹਾਲੀ ਦੇ ਫੇਜ਼ 8 ਵਿੱਚ ਸਥਿਤ ਫੋਰਟਿਸ ਹਸਪਤਾਲ ਵਿੱਚ ਮੇਲ ਨਰਸ ਸੀ। ਅਰੁਣ ਦਾ 1 ਸਾਲ ਪਹਿਲਾਂ ਹੀ ਵਿਆਹ ਹੋਇਆ ਸੀ ਅਤੇ ਉਸਦਾ ਸਵਾ ਮਹੀਨੇ ਦਾ ਬੱਚਾ ਵੀ ਹੈ। ਮ੍ਰਿਤਕ ਦੇ ਪਿਤਾ ਸ਼੍ਰੀ ਵਿਜੇ ਕੁਮਾਰ ਨੇ ਪੁਲਿਸ ਨੂੰ ਦੱਸਿਆ ਕਿ ਉਹਨਾਂ ਦਾ ਬੇਟਾ ਸ਼ਨੀਵਾਰ ਸ਼ਾਮ ਨੂੰ ਡਿਊਟੀ ਤੋਂ ਘਰ ਆ ਗਿਆ ਸੀ ਅਤੇ ਫਿਰ ਰਾਤ ਵੇਲੇ ਉਸਨੂੰ ਫੋਰਟਿਸ ਹਸਪਤਾਲ ਦੇ ਇੱਕ ਡਾਕਟਰ ਦਾ ਫੋਨ ਆਇਆ, ਜਿਸ ਨੇ ਉਹਨਾਂ ਨਾਲ ਵੀ ਗੱਲ ਕੀਤੀ ਅਤੇ ਉਹਨਾਂ ਨੂੰ ਕਿਹਾ ਕਿ ਉਹ ਆਪਣੇ ਬੇਟੇ ਨੂੰ ਹਸਪਤਾਲ ਭੇਜ ਦੇਣ, ਜਿਸ ਤੋਂ ਬਾਅਦ ਉਹ ਘਰ ਤੋਂ ਚਲਾ ਗਿਆ ਸੀ। ਥਾਣਾ ਫੇਜ਼ 8 ਦੇ SHO ਸ਼੍ਰੀ ਰਜਨੀਸ਼ ਚੌਧਰੀ ਨੇ ਦੱਸਿਆ। ਇਹ ਮਾਮਲਾ 9:30 ਵਜੇ ਤੱਕ ਦਾ ਮਾਮਲਾ ਹੈਗਾ ਹੈ। ਕੁੰਬੜੇ ਕੋਲ ਠੇਕਾ ਪੈਂਦਾ ਹੈਗਾ ਬਿਹਾਇੰਡ ਫੋਰੈਸਟ ਕੰਪਲੈਕਸ। ਉੱਥੇ ਕੁਛ ਆਪਸ ਦੇ ਵਿੱਚ ਲੜਾਈ ਹੋਈ ਅਤੇ ਅਣਪਛਾਤੇ ਬੰਦਿਆਂ ਨੇ ਮਾਰ ਕੁੱਟ ਕਰਕੇ ਇੱਕ ਜੋ ਫੋਰਟਿਸ ਵਿਖੇ ਕੰਮ ਕਰਦੇ ਹੈਗੇ ਆ ਮੇਲ ਨਰਸਿੰਗ ਸਟਾਫ, ਉਹਨਾਂ ਨੂੰ ਮਾਰ ਦਿੱਤਾ ਅਤੇ ਉਹਦੇ ਨਾਲ ਡਾਕਟਰ ਵੀ ਸੀ। ਮਾਰ ਕੁੱਟ ਹੋਈ ਹੈ ਜਿਹਦੇ ਵਿੱਚ ਇੱਕ ਬੰਦਾ ਜਿਹਦਾ ਨਾਮ ਅਰੁਣ ਕੁਮਾਰ ਨਾਮ ਹੈਗਾ, ਉਹਦੀ ਡੈਥ ਹੋ ਗਈ। ਅਣਪਛਾਤੇ ਹਾਲੇ ਤੱਕ ਤਾਂ ਜਿਹੜਾ ਹੈਗਾ ਇਨਵੈਸਟੀਗੇਸ਼ਨ ਜਾਰੀ ਹੈ, ਇਹਦੇ 'ਚ ਤਾਂ ਮੈਂ ਕੁਛ ਕਹਿ ਨਹੀਂ ਸਕਾਂਗਾ। ਅਤੇ ਹਾਂ, ਇਹ ਜ਼ਰੂਰ ਹੈਗਾ ਕਿ ਜਿਹਦੇ ਵਿੱਚ 4-5 ਬੰਦੇ ਹੈਗੇ ਆ ਜਿਨ੍ਹਾਂ ਨੇ ਮਤਲਬ ਇਹ ਵਾਰਦਾਤ ਨੂੰ ਅੰਜਾਮ ਦਿੱਤਾ ਹੈਗਾ, ਉਹ 4-5 ਬੰਦੇ ਜਿਹੜੇ ਪਤਾ ਚੱਲ ਰਿਹਾ ਕਿ ਵੀ ਇੱਥੇ ਲੋਕਲ ਹੀ ਹੈਗੇ ਆ ਜਿਹੜੇ। ਲੜਾਈ ਝਗੜੇ ਦਾ ਕਾਰਨ ਕੋਈ ਪਤਾ ਲੱਗਿਆ ਹੋਵੇ? ਲੜਾਈ ਝਗੜੇ ਦਾ ਕਾਰਨ ਬਸ ਇਹ ਸੀਗਾ, ਉੱਥੇ ਸ਼ਰਾਬ ਲੈਣ ਗਏ ਸੀਗੇ ਤਾਂ ਕਿਸੇ ਨੂੰ ਪੈਸੇ ਦੇ ਰਹੇ ਸੀ, ਕਿਸੇ ਜੋ ਕੋਈ ਜਾਂ ਕੋਈ ਸ਼ਰਾਬੀ ਜਿਹਦੇ ਕੋਲ ਪੈਸੇ ਨਹੀਂ ਹੁੰਦੇ। ਉਹਦੇ ਵਿੱਚ ਬਸ ਇੰਨੀ ਗੱਲ ਹੋਈ ਕਿ ਤੁਸੀਂ ਕਿਉਂ ਇਹਨਾਂ ਦਾ ਖਰਾਬ ਕਰ ਰਹੇ ਹੋ, ਕਿਉਂ ਇਹਨਾਂ ਨੂੰ ਜਿਹੜੇ ਅਰੁਣ ਸੀ ਇਹ ਕਹਿਣ ਲੱਗ ਪਏ ਕਿ ਵੀ ਇਹਨਾਂ ਦੀ ਆਦਤ ਖਰਾਬ ਹੁੰਦੀ ਹੈ, ਮਿਹਨਤ ਨਹੀਂ ਕਰਦੇ। ਉਹਦੇ ਵਿੱਚ ਉਹਨਾਂ ਦੇ ਇਹ ਹੋ ਗਿਆ ਕਿ ਵੀ ਜਿਸ ਤਰ੍ਹਾਂ ਕਾਸਟ ਵਾਦ ਦੇ ਵਿੱਚ ਕਿ ਵੀ ਮੈਂ ਪੰਜਾਬੀ ਹਾਂ, ਯੇ ਸੋ ਐਂਡ ਸੋ, ਤਾਂ ਉਹ ਆਪਸ ਦੇ ਵਿੱਚ ਇਸ ਲੈ ਕੇ ਝਗੜਾ ਸ਼ੁਰੂ ਹੋ ਗਿਆ, ਜਿਹਦੇ ਬਾਅਦ ਉਸਨੇ ਉਹਨਾਂ ਨੇ ਮਾਰਕੁੱਟ ਕੀਤੀ ਜਿਹਦੇ ਵਿੱਚ ਅਰੁਣ ਜਿਹੜਾ ਨਹੀਂ, ਵੈਪਨ ਕੋਈ ਨਹੀਂ ਸੀਗਾ, ਨਹੀਂ ਉਹ ਡਿਊਟੀ ਆਪਣਾ ਆਫ ਕਰਕੇ ਹੀ ਮਤਲਬ ਘਰ ਜਾ ਕੇ ਜੋ ਉਹਦੇ ਮਾਂ ਬਾਪ ਨੇ ਦੱਸਿਆ, ਫਿਰ ਉਹ ਡਾਕਟਰ ਸਾਹਿਬ ਨਾਲ ਫੋਨ 'ਤੇ ਗੱਲ ਹੋਈ, ਉਹਨਾਂ ਦਾ ਪਲੈਨ ਹੋਣਾ ਹੀ ਮਾਰਿਆ, ਜਿਹੜੀ ਗਰਦਨ ਜਿਸ ਤਰ੍ਹਾਂ ਕੋਈ ਗਿਰ ਕੇ ਕਿਸੇ ਪੈਰ ਜਾਂ ਗੋਡਾ ਟਾਈਪ ਮਾਰਿਆ ਹੈਗਾ ਗਰਦਨ 'ਤੇ, ਗਰਦਨ ਬ੍ਰੇਕ, ਹਾਂ ਔਨ ਦਾ ਸਪੋਟ। 302-506-4143 ਦੇ ਤਹਿਤ ਮਾਮਲਾ ਦਰਜ ਕੀਤਾ ਗਿਆ। ਨਹੀਂ ਹਾਲੇ ਨਾਮ ਦਾ ਤਾਂ ਮੈਂ ਕਿਸੇ ਕੁਛ ਕਹਿ ਨਹੀਂ ਸਕਦਾ। ਇੱਕ ਸਾਥੀ ਡਾਕਟਰ ਵੱਲੋਂ ਬਤਾਇਆ ਜਾ ਰਿਹਾ ਕੋਈ ਨਾਮ ਲੈ ਰਹੇ ਸੀਗੇ, ਕੋਈ ਜੋ ਨਾਮ ਲੈ ਰਹੇ ਸੀਗੇ, ਬਟ ਉਹ ਜਿਹੜਾ ਨਾਮ ਲੈ ਰਹੇ ਸੀ ਅਸੀਂ ਉਸਦੇ ਉੱਤੇ ਇਨਵੈਸਟੀਗੇਟ ਕਰ ਰਹੇ ਹੈਗੇ ਹਾਂ, ਬਟ ਅਸੀਂ ਉਸਨੂੰ ਸ਼ੋਰ ਨਹੀਂ ਕਰ ਸਕਦੇ, ਮੇ ਬੀ ਉਹ ਇਨਵੈਸਟੀਗੇਸ਼ਨ ਭਟਕਾਉਣ ਵਾਸਤੇ ਨਾ ਲਿੱਤਾ ਗਿਆ। ਇਸ ਸੰਬੰਧੀ ਪੁਲਿਸ ਨੇ ਮ੍ਰਿਤਕ ਦੇ ਪਿਤਾ ਦੀ ਸ਼ਿਕਾਇਤ ਤੇ ਕਮਲ ਗਰੇਵਾਲ ਨਾਮ ਦੇ ਇੱਕ ਨੌਜਵਾਨ ਅਤੇ ਕੁਝ ਹੋਰ ਅਣਪਛਾਤੇ ਵਿਅਕਤੀਆਂ ਦੇ ਖਿਲਾਫ IPC ਦੀ ਧਾਰਾ 302, 506, 148 ਅਤੇ 149 ਤਹਿਤ ਮਾਮਲਾ ਦਰਜ ਕੀਤਾ ਹੈ। ਪੁਲਿਸ ਨੇ ਹਮਲਾਵਰਾਂ ਦੀ ਭਾਲ ਆਰੰਭ ਦਿੱਤੀ ਹੈ ਅਤੇ ਉਸਦਾ ਕਹਿਣਾ ਹੈ ਕਿ ਇਸ ਵਾਰਦਾਤ ਲਈ ਜ਼ਿੰਮੇਵਾਰ ਵਿਅਕਤੀਆਂ ਨੂੰ ਛੇਤੀ ਹੀ ਕਾਬੂ ਕਰ ਲਿਆ ਜਾਵੇਗਾ। ਪੁਲਿਸ ਭਾਵੇਂ ਇਸ ਨੂੰ ਮੌਕੇ ਤੇ ਹੋਈ ਲੜਾਈ ਕਾਰਨ ਹੋਏ ਕਤਲ ਦਾ ਮਾਮਲਾ ਦੱਸ ਰਹੀ ਹੈ, ਪਰੰਤੂ ਇਸ ਤਰੀਕੇ ਨਾਲ ਇੱਕ ਨੌਜਵਾਨ ਨੂੰ ਕੁੱਟ-ਕੁੱਟ ਕੇ ਕਤਲ ਕਰ ਦੇਣ ਦੀ ਇਹ ਘਟਨਾ ਪੁਲਿਸ ਦੀ ਕਾਰਗੁਜ਼ਾਰੀ ਤੇ ਵੀ ਸਵਾਲ ਖੜੇ ਕਰਦੀ ਹੈ। ਸਕਾਈ ਹਾਕ ਟਾਈਮਜ਼ ਦੀ ਰਿਪੋਰਟ।